बिस्मिल्लाहिर्रहमानिर्रहीम, अस्सलाम वालेकुम। मैं हूं ज्वेरिया और आप देख रहे हैं ज्वेरिया फूड रेसिपीज़। आज मेरी अम्मी आपको पोटे वाली सेवइयां बनाना सिखाएंगी। वो अपने मतलब गांव में कैसे बनाया करती थी, उनकी अम्मी कैसे बनाती थी, तो चलें आप अम्मी से ही पूछते हैं उन्होंने कैसे बनाई हैं। अस्सलाम वालेकुम मेरे बच्चियो, मेरी बच्चियो, की हाल है? ठीक ठाक हो? उम्मीद है ठीक हो गए। ਅੱਜ ਮੈਂ ਤੁਹਾਨੂੰ ਸੂਜੀ ਨਾਲ ਸੇਵੀਆਂ ਬਣਾਉਣੀਆਂ ਸਿਖਾਵਾਂਗੀ। ਇਹਨੂੰ ਸੂਜੀ ਨੂੰ ਬਰਤਨ 'ਚ ਪਾ ਕੇ ਉੱਤੇ ਪਾਣੀ ਪਾ ਦਿਉ। ਮਸਣ ਜਿਸ ਨਾਲ ਮੈਂ ਪਾਇਆ ਇੰਨਾ ਹੀ ਪਾ ਲਓ, ਥੋੜ੍ਹਾ ਵੱਧ ਪਾ ਲਓ ਜੇ ਮਸਣ ਭੇਜਿਆ ਜਿੰਦੇ ਸੂਜੀ। 2 ਘੰਟੇ ਇਹਨੂੰ ਰੱਖ ਕੇ ਅਤੇ 2 ਘੰਟਿਆਂ ਬਾਅਦ ਫਿਰ ਇਹਨੂੰ ਵੇਖਣਾ ਭਿੱਜ ਗਈ। ਇਸ ਤਰ੍ਹਾਂ ਵੇਖ ਕੇ ਅਤੇ ਫਿਰ ਇਹਦੇ 'ਚ ਪਾ ਦਿਓ ਮੈਦਾ। ਜਿੰਨਾ ਮੈਦਾ ਪਾ ਕੇ ਸਹਿਤ ਆਟਾ ਬਣਦਾ ਉਨਾ ਬਣਾ ਲਵੋ। ਅਤੇ ਜਦੋਂ ਆਟਾ ਬਣ ਜਾਏਗਾ, ਸਖਤ ਜਿਹਾ ਬਣਾਉਣਾ, ਥੋੜ੍ਹਾ ਨਰਮ ਨਹੀਂ ਜ਼ਿਆਦਾ ਬਣਾਉਣਾ। ਇਹ ਜਿਸ ਤਰ੍ਹਾਂ ਦਾ ਬਣਾਇਆ ਵੇਖ ਲਓ, ਗੌਰ ਨਾਲ ਵੀਡੀਓ ਵੇਖਿਆ ਕਰੋ, ਫਿਰ ਸਮਝ ਆਉਂਦੀ। ਜਦੋਂ ਸਾਰੀ ਵੀਡੀਓ ਪੂਰੀ ਨਹੀਂ ਵੇਖਦੇ ਫਿਰ ਸਮਝ ਨਹੀਂ ਆਉਂਦੀ। ਪੂਰੀ ਵੀਡੀਓ ਵੇਖੋਗੇ ਤਾਂ ਫਿਰ ਸਹੀ ਤੁਹਾਡੀ ਚੀਜ਼ ਬਣੇਗੀ। ਅਤੇ ਇਹਨੂੰ ਰੱਖ ਕੇ ਬਰਤਨ ਛੋਟੇ ਉੱਤੇ ਇੱਕ ਪਲੇਟ ਇਹਦੇ ਉੱਤੇ ਉਲਟੀ ਰੱਖ ਦੇਵੋ, ਹਵਾ ਨਾ ਲੱਗੇ। ਜੇ ਤੁਹਾਨੂੰ ਬਰਤਨ ਦੇ ਨਾਲ ਆਟਾ ਲੱਗਣ ਦਾ ਡਰ ਹੈ ਤਾਂ ਥੋੜ੍ਹਾ ਜਿਹਾ ਘਿਓ ਉੱਤੇ ਲਾ ਦੇਵੋ। ਅਤੇ ਬਾਅਦ ਥੋੜ੍ਹਾ ਜਿਹਾ ਕੱਢਿਆ ਅਤੇ ਫਿਰ ਉਂਝੀ ਵਿੱਚ ਰੱਖ ਕੇ ਉੱਤੋਂ ਬੰਦ ਕਰਕੇ ਰੱਖ ਦਿੱਤਾ। ਅਤੇ ਇਸ ਤਰ੍ਹਾਂ ਥੋੜ੍ਹਾ ਜਿਹਾ ਆਟਾ ਲੈ ਕੇ ਅਤੇ ਉਹ ਥੋੜ੍ਹਾ ਜਿਹਾ ਇਸ ਤਰ੍ਹਾਂ ਆਟਾ ਥੋੜ੍ਹਾ ਜਿਹਾ ਲੈ ਕੇ ਅਤੇ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਉਣੀ ਗੌਰ ਨਾਲ ਵੇਖ ਲਓ। ਅਤੇ ਇਹ ਜਿਹੜਾ ਅੰਗੂਠੇ ਦਾ ਆਏਗਾ ਇਹ ਸਾਈਡ ਇਹਦੇ ਨਾਲ ਬਣਦੀ ਸੇਵੀ ਨੂੰ ਇਹਦੇ ਨਾਲ ਚੜ੍ਹਦਾ ਵੱਟ ਜਿਹਾ। ਅਤੇ ਇਹਦੇ ਨਾਲ ਇਸ ਤਰ੍ਹਾਂ ਕਰੀ ਜਾਓਗੇ ਅਤੇ ਵੱਟ 'ਚ ਦੂਸਰੇ ਹੱਥ ਨਾਲ ਬਰੀਕ ਕਰ ਲਓ ਅਤੇ ਇਹਦੇ ਨਾਲ ਅੱਗੇ ਕਰੋਗੇ ਤਾਂ ਬਣੀ ਜਾਏਗੀ। ਅਤੇ ਨਾਲ ਨਾਲ ਘੁਮਾ ਕੇ ਇਹਨੂੰ ਸਾਈਡ 'ਤੇ ਕਰੀ ਜਾਓ, ਹਿੱਟ 'ਤੇ ਨਾ ਸੁੱਟਣਾ ਸੇਵੀਆਂ, ਫਿਰ ਜੁੜ ਜਾਂਦੀਆਂ। ਪੱਖੇ ਥੱਲੇ ਬਹਿ ਕੇ ਬਣਾਓ ਅਤੇ ਖੁਸ਼ਕਾ ਵੀ ਨਹੀਂ ਲਾਉਣਾ ਪਏਗਾ, ਇੰਝ ਹੀ ਸਹੀ ਬਣ ਜਾਣਗੀਆਂ। ਖੁਸ਼ਕਾ ਜਦੋਂ ਲੱਗਦਾ ਨਾ ਤਾਂ ਫਿਰ ਉਹ ਪਕਾਉਣ ਲੱਗਿਆ ਵਿੱਚ ਆਉਂਦਾ। ਮੈਂ ਹੁਣ ਬਣ ਗਈਆਂ ਨੂੰ ਮੈਂ ਤੁਹਾਨੂੰ ਗਿੱਲੀਆਂ ਹੀ ਪਕਾਉਣੀਆਂ ਸਿਖਾਵਾਂਗੀ। ਇਹ ਗਿੱਲੀਆਂ ਸੇਵੀਆਂ ਪਕਾਉਣ ਦਾ ਮਤਲਬ ਇਹ ਵੇ ਕਿ ਇਹ ਕਮਰ ਨੂੰ ਤਾਕਤ ਦਿੰਦੀਆਂ ਨੇ, ਬਹੁਤ ਅੱਛੀਆਂ ਹੁੰਦੀਆਂ ਨੇ। ਜਿਨ੍ਹਾਂ ਦੀ ਤਾਜ਼ੀ ਤਾਜ਼ੀ ਡਿਲੀਵਰੀ ਹੋਈ ਉਹਨਾਂ ਨੂੰ ਬਣਾ ਕੇ ਦਿਓ, ਬੱਚੀਆਂ ਨੂੰ, ਉਹਨਾਂ ਵਾਸਤੇ ਬਹੁਤ ਅੱਛੀਆਂ ਨੇ। ਇਹਨੂੰ ਥੋੜ੍ਹੀ ਦੇਰ ਬਸ ਇਹਦੇ 'ਚ ਭੁੰਨਣਾ ਹੈ। ਜਦੋਂ ਥੋੜ੍ਹਾ ਜਿਹਾ ਵਾਈਟ ਵਾਈਟ ਹੋ ਜਾਂਦਾ, ਸਫੇਦ ਕਲਰ ਆਏ, ਅਤੇ ਵਿੱਚ ਦੁੱਧ ਪਾ ਦਿਓ। ਅਤੇ ਇਹ ਸਾਡੀਆਂ 1/2 ਕੱਪ ਸੇਵੀਆਂ ਸਨ, 3 ਕੱਪ ਅਸੀਂ ਦੁੱਧ ਪਾਇਆ ਵਿੱਚ। ਅਤੇ ਇਸ ਤਰ੍ਹਾਂ ਬਣਨਗੇ ਜਿਸ ਤਰ੍ਹਾਂ ਖੋਇਆ ਹੁੰਦਾ। ਖਾਣ ਦੇ ਹੱਕ 'ਚ ਬਹੁਤ ਮਜ਼ੇਦਾਰ ਬਣਨਗੇ, ਤੁਸੀਂ ਇੱਕ ਦਫ਼ਾ ਬਣਾ ਕੇ ਵੇਖੋ, ਬੜਾ ਮਜ਼ਾ ਆਏਗਾ ਖਾਣ ਦਾ। ਬੱਚੀਆਂ ਬੜੇ ਸ਼ੌਕ ਨਾਲ ਖਾਣ ਦੀਆਂ। ਜਦੋਂ ਥੋੜ੍ਹੀਆਂ ਜਿਹੀਆਂ ਗਾੜੀਆਂ ਹੋ ਜਾਣ ਤਾਂ ਫਿਰ ਚੀਨੀ ਵਿੱਚ ਪਾ ਦਿਓ, ਜਿਸ ਤਰ੍ਹਾਂ ਆਪਣੇ ਹਿਸਾਬ ਦਾ ਮਿੱਠਾ ਤੁਹਾਨੂੰ ਪਸੰਦ ਦੇ, ਤੇਜ਼ ਦੇ ਜਾਂ ਘੱਟ ਖਾਂਦੇ ਹੋ ਉਹਨਾਂ ਪਾ ਦਿਓ। 4-5 ਦਾਣੇ ਪਾਏ ਨੇ ਵਿੱਚ ਮੇਵੇ ਦੇ, ਅਤੇ 3-4 ਬਦਾਮ ਕੱਟ ਕੇ ਪਾਏ ਨੇ, ਕੁਛ ਥੋੜ੍ਹੇ ਜਿੰਨੇ ਬਾਅਦ 'ਚ ਉੱਤੇ ਵੀ ਪਾਵਾਂਗੇ ਪਲੇਟ ਪਾ ਕੇ। ਅਤੇ ਹੁਣ ਇਸ ਤਰ੍ਹਾਂ ਬਸ ਪੱਕ ਗਈ, ਚੁੱਲ੍ਹਾ ਬੰਦ ਕਰ ਦਿੱਤਾ ਥੋੜ੍ਹੀ ਦੇਰ ਰੱਖ ਕੇ ਇਹਨੂੰ, ਅਤੇ ਹੁਣ ਅਸੀਂ ਪਲੇਟ 'ਚ ਪਾਉਂਦੇ ਹਾਂ, ਇਹਨੂੰ ਥੋੜ੍ਹੀ ਠੰਡੀ ਹੋ ਜਾਵੇ। तो देखें जी, माशाल्लाह बहुत ही मज़े की हमारी पोटे वाली सेवइयां तैयार हैं। उम्मीद है आपको अम्मी की जो बातें हैं वो समझ आई होंगी और आप बना लेंगे। मेरी अम्मी तो बचपन से बनाती आ रही हैं, तो उनको बहुत ही प्रैक्टिस है सेवइयां बनाने की। तो आप भी ट्राई करेंगे तो आपसे भी बन जाएंगी इंशाल्लाह। तो अगर आपको ये रेसिपी अच्छी लगी है, वीडियो को लाइक कीजिएगा। आप देख सकते हैं ये देखें खोए की तरह लग रही हैं। तो वीडियो को लाइक कीजिएगा, शेयर कीजिएगा। मेरी अम्मी की बहुत ज़्यादा मेहनत है, इसको ज़्यादा से ज़्यादा शेयर करें अपने रिश्तेदारों में और चैनल को ज़रूर सब्सक्राइब कीजिएगा। हम दोनों की मेहनत होती है, मेरी और अम्मी की, तो इसको ज़रूर जो है वो हौसला अफज़ाई कीजिएगा इसकी। मिलते हैं अगली वीडियो में, तब तक के लिए अल्लाह हाफिज़।